ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਦੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਂਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ ਨੇ। ਨਿਆਇ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਛ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ ਨੇ। ਮਹਾਤਮਾ ਬੁੱਧ ਕੁਛ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਂਵੀਰ ਕੁਛ ਹੋਰ ਕਹਿੰਦੇ ਨੇ, ਅਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ ਨੇ। ਇੱਕ ਜੋ ਕੁਛ ਕਹਿ ਰਿਹਾ, ਦੂਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਝ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ, ਗਲਤ ਇੱਕ ਵੀ ਨਹੀਂ ਹੈ, ਭੁੱਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ, ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ, ਔਰ ਸਾਗਰ ਹੋਣ ਲਈ ਲਪਕਦੀਆਂ ਨੇ, ਤੜਪਦੀਆਂ ਨੇ, ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ। ਗੰਗਾ ਦਾ ਆਪਣਾ ਰਸਤਾ, ਨਰਮਦਾ ਦਾ ਆਪਣਾ ਰਸਤਾ, ਸਤਲੁਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ, ਇਰਾਕ ਦੇ ਦਜਲਾ ਫਰਾਤ ਦਾ ਆਪਣਾ ਰਸਤਾ ਹੈ, ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ, ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ। ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ, ਇੱਕ ਰਸਤੇ ਤੋਂ ਨਹੀਂ ਜਾਂਦੇ। ਤੜਪ ਤੇ ਸਾਰੀਆਂ ਨਦੀਆਂ ਦੇ ਸਾਗਰ ਹੋਣ ਦੀ ਹੈ, ਰਸਤਾ ਇੱਕ ਨਹੀਂ ਹੈ। ਚੰਗਾ ਹੈ ਨਦੀਆਂ ਕੋਲ ਇਹ ਅਕਲ ਨਹੀਂ, ਨਹੀਂ ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ, ਮੇਰਾ ਰਸਤਾ ਠੀਕ ਹੈ, ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾਤ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ। ਅਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਅਤੇ ਜ਼ਬਾਨ ਵੀ ਆਉਂਦੀ ਅਤੇ ਇਰਾਕ ਦਾ ਦਜਲਾ ਅਤੇ ਫਰਾਤ, ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ ਹੈ, ਸਤਲੁਜ ਗਲਤ ਹੈ। ਚੰਗਾ ਇਹੋ ਜਿਹਿਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹਿਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ, ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ। ਇਸ ਤਰ੍ਹਾਂ ਦੀ ਮਨੁੱਖੀ ਦੁਨੀਆ 'ਚ ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ, ਸਭ ਦਰਿਆ, ਸਾਰਿਆਂ ਕੋਲ ਪਾਣੀ ਹੈ ਆਪਣੇ ਆਪਣੇ ਝਰਨੇ ਦਾ,
ਇੱਕ ਝਰਨਾ, ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ। ਨਾਮ ਨੇ ਅਲੱਗ, ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ ਹੈ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ, ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ, ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ, ਕੋਈ ਗਲਤ ਨਹੀਂ ਹੈ, ਕੋਈ ਗਲਤ ਨਹੀਂ। ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ, ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ, ਔਰ ਕਿਧਰੇ ਵੀ ਨਹੀਂ ਜਾ ਰਹੀ। ਅਤੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ, ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ। ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ, ਨਾ ਥੇਮ ਮਿਲਦਾ, ਨਾ ਉੱਥੇ ਸਤਜ ਲੱਭਦਾ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਉੱਤੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਉਹਦੀ ਗੋਤ ਖਤਮ ਹੋ ਜਾਂਦੀ ਹੈ, ਵਰਨ ਖਤਮ ਹੋ ਜਾਂਦਾ, ਉਹਦਾ ਮਜ਼ਹਬ ਤੱਕ ਖਤਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ, ਜਾਪ ਸਾਹਿਬ, ਨਮਸਤੰਗ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰਗ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨਮਸਤੰਗ ਅਮਜਵੇ, ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ, ਨਮਸਕਾਰ ਹੈ ਤੈਨੂੰ, ਹੇ ਅਮਜ਼ਬ, ਤੇਰਾ ਕੋਈ ਮਜ਼ਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਵਿੱਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆਂ ਨਾਨਾ ਵਰਨ ਅਨੇਕੰ, ਇਹ ਜਗਤ ਵਿੱਚ ਵੱਖ ਵੱਖ ਵਰਨ ਭੇਖ ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਤੁਹਾਨੂੰ, ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ।
ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ, ਮੇਰਾ ਹੋਰ ਕੋਈ ਮਤ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਅਤੇ ਕਬੀਰ ਚੱਲਦੇ ਹੀ ਪਏ ਨੇ ਨਾਲ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਠ ਛੋੜ ਆਇਆ ਸੀ, ਗੋਰਖ ਦੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਦੇ ਵਿੱਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲੈ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ, ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਈ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ। ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦਿ। ਪੈਦਾ ਤੇ ਜਲ ਦੇ ਚੋਇਆ ਹੈ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ, ਪਰ ਵਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ ਅਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ, ਇਹ ਉਹਦੇ 'ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ।